ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸੰਗਤ ਜੀ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਡਰ ਹਰ ਇੱਕ ਬੰਦੇ ਦੀ ਬੁਨਿਆਦੀ ਸਮੱਸਿਆ ਹੈ ਕਿਸੇ ਨਾ ਕਿਸੇ ਰੂਪ ਵਿੱਚ ਡਰ ਹਰੇਕ ਬੰਦੇ ਦੇ ਅੰਦਰ ਘਰ ਘਰ ਕੇ ਬੈਠਾ ਹੈ ਹਰੇਕ ਬੰਦਾ ਕਿਸੇ ਨਾ ਕਿਸੇ ਡਰ ਦੇ ਅੰਦਰ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਇੱਕ ਬੰਦਾ ਡਰਾਂ ਦੇ ਅੰਦਰ ਘੇਰਿਆ ਰਹਿੰਦਾ ਹੈ ਜਿਵੇਂ ਮੰਨ ਲਓ ਤੁਹਾਡੇ ਕੋਲ ਕੋਈ ਚੀਜ਼ ਨਹੀਂ ਹੈ ਲੋੜ ਪੈਣ ਤੇ ਜਦੋਂ ਤੁਹਾਨੂੰ ਉਸ ਚੀਜ਼ ਦੀ ਲੋੜ ਪਏਗੀ ਤਾਂ ਉਹ ਕਿੱਥੋਂ ਆਏਗੀ ਇਸ ਗੱਲ ਦਾ ਬੜਾ ਡਰ ਹੈ ਅਤੇ ਤੁਹਾਡੇ ਕੋਲ ਕੋਈ ਚੀਜ਼ ਹੈ ਹੁਣ ਉਸ ਚੀਜ਼ ਦੇ ਗਵਾਚਣ ਦਾ ਡਰ ਹੈ ਪਹਿਲਾਂ ਹੈ ਨਹੀਂ ਸੀ ਤਾਂ ਵੀ ਡਰ ਸੀ ਹੁਣ ਉਹ ਚੀਜ਼ ਆ ਗਈ ਹੈ ਤਾਂ ਵੀ ਡਰ ਹੈ ਕਿ ਉਹ ਚੀਜ਼ ਗਵਾਚ ਨਾ ਜਾਏ ਪਹਿਲਾਂ ਕੋਈ ਕੰਮ ਕਾਰੋਬਾਰ ਨਹੀਂ ਸੀ ਤੇ ਡਰ ਸੀ ਕਿ ਰੋਟੀ ਪਾਣੀ ਦਾ ਖਰਚ ਕਿਵੇਂ ਚੱਲੂ ਜੇ ਕੰਮ ਕਾਰੋਬਾਰ ਮਿਲਿਆ ਤਾਂ ਇਹ ਵੀ ਡਰ ਹੈ ਕਿ ਕਿਤੇ ਚੱਲਿਆ ਨਾ ਜਾਏ ਜਿਵੇਂ ਤੁਹਾਡਾ ਸਰੀਰ ਨਿਰੋਗ ਹੈ ਤਾਨੂੰ ਡਰ ਰਹਿਂਦਾ ਹੈ ਕੋਈ ਬਿਮਾਰੀ ਨਾ ਲੱਗ ਜਾਏ ਜੇ ਬਿਮਾਰੀ ਲੱਗ ਗਈ ਤਾਂ ਹੁਣ ਡਰ ਹੈ ਕਿਤੇ ਮਰ ਨਾ ਜਾਈਏ ਐਦਾਂ ਦੇ ਕਈ ਡਰ ਬੰਦੇ ਨੂੰ ਰੋਜ਼ ਡਰਾ ਕੇ ਰੱਖਦੇ ਹਨ ਇਸ ਕਰਕੇ ਗੁਰੂ ਜੀ ਕਹਿੰਦੇ ਹਨ ਕੋਈ ਵੀ ਬੰਦਾ ਨਹੀਂ ਜਿਸ ਨੂੰ ਕੋਈ ਡਰ ਨਹੀਂ ਹੋਵੇ ਡਰ ਜਿਹੜਾ ਹੈ ਘੁਣ ਦੀ ਤਰ੍ਹਾਂ ਹੈ ਸਾਨੂੰ ਖਾ ਜਾਂਦਾ ਹੈ ਹੁਣ ਮਸਲਾ ਇਹ ਹੈ ਕੀ ਡਰ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਸਤਿਗੁਰੂ ਜੀ ਫਰਮਾਉਂਦੇ ਹਨ ਇਸ ਜਗਤ ਦੇ ਵਿੱਚ ਇੱਕੋ ਇੱਕ ਸ਼ਕਤੀ ਐਸੀ ਹੈ ਜੋ ਡਰ ਦੇ ਅੰਦਰ ਨਹੀਂ ਉਹ ਸ਼ਕਤੀ ਹੈ ਅਕਾਲ ਪੁਰਖ ਪਰਿਪੂਰਣ ਪ੍ਰਮਾਤਮਾ ਹੁਣ ਜੇਕਰ ਤੁਸੀਂ ਨਿਰडर ਹੋਣਾ ਚਾਹੁੰਦੇ ਹੋ ਤਾਂ ਉਸ ਦਾ ਇੱਕੋ ਇੱਕ ਹੱਲ ਹੈ ਕਿ ਤੁਸੀਂ ਰੱਬ ਨੂੰ ਜਪਨਾ ਸ਼ੁਰੂ ਕਰੋ ਪਰਮਾਤਮਾ ਦੀ ਬੰਦਗੀ ਸ਼ੁਰੂ ਕਰ ਦੋ ਸਤਿਗੁਰੂ ਜੀ ਆਖਦੇ ਹਨ ਜਿਸ ਦੀ ਤੁਸੀਂ ਬੰਦਗੀ ਕਰਦੇ ਹੋ ਭਗਤੀ ਕਰਦੇ ਹੋ ਫਿਰ ਤੁਸੀਂ ਉਸੇ ਵਰਗੇ ਹੋ ਜਾਂਦੇ ਹੋ ਜੇਕਰ ਰੱਬ ਦੀ ਭਗਤੀ ਕਰੋਗੇ ਤੇ ਰੱਬ ਵਰਗੇ ਹੋ ਜਾਓਗੇ ਜਿਨ੍ਹਾਂ ਨੇ ਵੀ ਗੁਰੂ ਦੀ ਭਗਤੀ ਕੀਤੀ ਹੈ ਉਹਨਾਂ ਦੇ ਵਿੱਚ ਦਰ ਪਿਰਕੋਲ ਖਤਮ ਹੋ ਜਾਂਦਾ ਹੈ ਗੁਰਬਾਣੀ ਵਿੱਚ ਬੜੀ ਸ਼ਕਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ